ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀ ਐਂਡ ਟਰੈਵਲ ਤੇ ਤੇ ਅੱਜ ਆਪਾਂ ਤੁਹਾਨੂੰ ਪ੍ਰੋਪਰਟੀ ਦੇ ਸੰਬੰਧ ਵਿੱਚ ਇੱਕ ਨਵੀਂ ਇਨਫੋਰਮੇਸ਼ਨ ਦੇਵਾਂਗੇ ਲੇਡੀਜ਼ ਦੇ ਉੱਪਰ। ਜੇ ਤੁਸੀਂ ਲੇਡੀਜ਼ ਤੇ ਕੋਈ ਪ੍ਰੋਪਰਟੀ ਆਪਣੀ ਸੇਲ ਪਰਚੇਜ ਕਰ ਰਹੇ ਹੋ ਤਾਂ ਉਸਦੇ ਤੁਹਾਨੂੰ ਕਿਹੜੇ ਕਿਹੜੇ ਬੈਨੀਫਿਟ ਹਨ, ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਗਵਰਨਮੈਂਟ ਸਰਕਾਰਾਂ ਨੇ ਉਹ ਕਾਫੀ ਜ਼ਿਆਦਾ ਬੈਨੀਫਿਟ ਦੇ ਰਹੀਆਂ ਹਨ ਲੋਨ ਦੇ ਵਿੱਚ, ਟੈਕਸ ਰਿਟਰਨ ਦੇ ਵਿੱਚ, ਸਟੈਂਪ ਡਿਊਟੀ ਦੇ ਵਿੱਚ, ਹੋਰ ਵੀ ਕਾਫੀ ਜਿਹੜੇ ਪੁਆਇੰਟ ਨੇ ਜਿਨ੍ਹਾਂ ਦੇ ਵਿੱਚ ਜਿਹੜੀ ਗਵਰਨਮੈਂਟ ਸਰਕਾਰਾਂ ਨੇ ਉਹ ਬੈਨੀਫਿਟ ਦੇ ਰਹੀਆਂ ਹਨ। ਜੇ ਤੁਸੀਂ ਕੋਈ ਲੇਡੀਜ਼ ਦੇ ਉੱਪਰ ਜਿਵੇਂ ਮਾਤਾ ਹੈ, ਵਾਈਫ ਹੈ, ਲੜਕੀ ਦੇ ਉੱਪਰ ਕੋਈ ਵੀ ਆਪਣੀ ਪ੍ਰੋਪਰਟੀ ਸੇਲ ਕਰ ਰਹੇ ਹੋ ਜਾਂ ਪਰਚੇਜ ਕਰ ਰਹੇ ਹੋ, ਸੋ ਸਭ ਨੂੰ ਰਿਕੁਐਸਟ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਲਓ। ਸਬਸਕ੍ਰਾਈਬ ਦੇ ਨਾਲ ਜੁਆਇਨ ਦੀ ਆਪਸ਼ਨ ਆ ਅਤੇ ਜੁਆਇਨ 'ਤੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ। ਸੋ ਸਭ ਦਾ ਧੰਨਵਾਦ ਅਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਜੇ ਤੁਸੀਂ ਲੇਡੀਜ਼ ਦੇ ਉੱਪਰ ਜਾਂ ਮਹਿਲਾਵਾਂ ਦੇ ਉੱਪਰ ਕੋਈ ਵੀ ਆਪਣੀ ਪ੍ਰੋਪਰਟੀ, ਪਲੋਟ, ਘਰ, ਮਕਾਨ, ਕਮਰਸ਼ੀਅਲ ਪ੍ਰੋਪਰਟੀ, ਸ਼ੋਅਰੂਮ, ਦੁਕਾਨ ਕੋਈ ਵੀ ਸੇਲ ਜਾਂ ਪਰਚੇਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੇ ਕਿਹੜੇ ਬੈਨੀਫਿਟ ਮਿਲਦੇ ਹਨ। ਨੰਬਰ 1, ਸਟੈਂਪ ਡਿਊਟੀ। ਜ਼ਿਆਦਾਤਰ ਲੋਕਾਂ ਨੂੰ ਪਤਾ ਕਿ ਸਟੈਂਪ ਡਿਊਟੀ ਕੀ ਹੁੰਦੀ ਹੈ, ਪਰ ਕੁਛ ਜਿਹੜੇ ਨਵੇਂ ਲੋਕ ਨੇ ਉਹਨਾਂ ਨੂੰ ਨਹੀਂ ਪਤਾ, ਉਹਨਾਂ ਲਈ ਆਪਾਂ ਥੋੜ੍ਹਾ ਐਕਸਪਲੇਨ ਕਰ ਦਿੰਦੇ ਹਾਂ। ਜਿਹੜੀ ਇਹ ਸਟੈਂਪ ਡਿਊਟੀ ਹੁੰਦੀ ਹੈ, ਇਸਨੂੰ ਸਰਕਾਰੀ ਖਰਚਾ ਕਹਿੰਦੇ ਹਨ। ਜਿਵੇਂ ਕਿ ਆਪਾਂ ਕੋਈ ਵੀ ਆਪਣੀ ਪ੍ਰੋਪਰਟੀਜ਼, ਜਿਵੇਂ ਲਾ ਲਓ ਮਕਾਨ ਹੈ, ਘਰ ਹੈ ਜਾਂ ਪਲੋਟ ਆ, ਉਸ ਨੂੰ ਜਦੋਂ ਵੀ ਆਪਾਂ ਰਜਿਸਟਰੀ ਕਰਵਾਉਂਦੇ ਹਾਂ ਤਹਿਸੀਲਦਾਰ ਦੇ ਕੋਲ ਜਾਂ SDM ਦਫ਼ਤਰ 'ਚ ਜਾ ਕੇ, ਤਾਂ ਜਿਸ ਉਸਦੇ ਉੱਪਰ ਜਿਹੜਾ ਸਰਕਾਰੀ ਖਰਚਾ ਹੁੰਦਾ ਹੈ ਉਸਨੂੰ ਸਟੈਂਪ ਡਿਊਟੀ ਕਹਿੰਦੇ ਹਨ। ਜਿਵੇਂ ਕਿ ਮੰਨ ਲਓ ਆਪਾਂ 25 ਲੱਖ ਦੀ ਜਾਂ 50 ਲੱਖ ਦੀ ਕੋਈ ਘਰ ਲਿਆ ਹੈ ਤਾਂ 50 ਲੱਖ ਦੇ ਉੱਪਰ ਜਿੰਨਾ ਵੀ ਸਰਕਾਰੀ ਖਰਚਾ ਬਣੇਗਾ ਉਸਨੂੰ ਸਟੈਂਪ ਡਿਊਟੀ ਕਹਿੰਦੇ ਹਨ। ਤਾਂ ਸਟੈਂਪ ਡਿਊਟੀ ਹੈ ਜਿਹੜੀ ਉਹ ਲੇਡੀਜ਼ ਅਤੇ ਜੈਂਟਸ ਦੇ ਉੱਪਰ ਸਟੇਟ ਟੂ ਸਟੇਟ ਵੱਖਰੀ ਵੱਖਰੀ ਆ। ਜਿਵੇਂ ਕਿ ਸਪੋਜ਼ ਕਰੋ ਪੰਜਾਬ ਦੇ ਵਿੱਚ ਲੇਡੀਜ਼ ਦੇ ਉੱਪਰ 6% ਆ, ਜੈਂਟਸ ਦੇ ਉੱਪਰ 8% ਆ। ਸੋ ਜੇ ਤੁਸੀਂ ਲੇਡੀਜ਼ ਦੇ ਉੱਪਰ ਆਪਣੀ ਕੋਈ ਪ੍ਰੋਪਰਟੀ ਖਰੀਦ ਰਹੇ ਹੋ, ਕੋਈ ਪਲੋਟ ਜਾਂ ਘਰ, ਤਾਂ ਤੁਹਾਨੂੰ 2% ਦਾ ਸਿੱਧਾ ਸਿੱਧਾ ਬੈਨੀਫਿਟ ਮਿਲਦਾ ਹੈ। ਇਹ ਜੇ ਵੱਡੀ ਅਮਾਊਂਟ ਦੇ ਵਿੱਚ ਜੇ ਤੁਸੀਂ ਰਜਿਸਟਰੀ ਕਰਾਉਂਦੇ ਹੋ, ਮੰਨ ਲਓ 1 ਕਰੋੜ ਦੀ, 2 ਕਰੋੜ ਦੀ ਜਾਂ 50 ਲੱਖ ਦੀ, ਤਾਂ ਉਸ 'ਤੇ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਹੈ ਸਰਕਾਰੀ ਖਰਚੇ ਦੇ ਵਿੱਚ। ਸੋ ਇਹ ਤੁਹਾਨੂੰ ਸਟੈਂਪ ਡਿਊਟੀ ਦੇ ਵਿੱਚ ਕਾਫੀ ਜ਼ਿਆਦਾ ਬੈਨੀਫਿਟ ਮਿਲਦਾ ਹੈ। ਨੰਬਰ 2, ਜਿਹੜੀ ਪ੍ਰੋਪਰਟੀ ਦੀ ਸੇਫਟੀ। ਜਿਵੇਂ ਕਿ ਆਪਾਂ ਨੂੰ ਅੱਜ ਕੱਲ੍ਹ ਸਭ ਨੂੰ ਪਤਾ ਹੈ ਪ੍ਰੋਪਰਟੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਰੌਲੇ ਹੁੰਦੇ ਹਨ, ਕਾਫੀ ਜ਼ਿਆਦਾ ਲੋਕਾਂ ਦੇ ਆਪਸ ਦੇ ਵਿੱਚ ਝਗੜੇ ਵੀ ਹੋ ਜਾਂਦੇ ਹਨ, ਜਾਂ ਕਈ ਆਪਾਂ ਜ਼ਿਆਦਾਤਰ ਦੇਖਿਆ ਵੀ ਪ੍ਰੋਪਰਟੀਜ਼ ਦੇ ਉੱਪਰ, ਪਲਾਟਾਂ ਦੇ ਉੱਪਰ, ਘਰਾਂ ਦੇ ਉੱਪਰ, ਦੁਕਾਨਾਂ ਜਾਂ ਸ਼ੋਅਰੂਮਾਂ ਦੇ ਉੱਪਰ ਕਬਜ਼ੇ ਵੀ ਹੋ ਜਾਂਦੇ ਹਨ। ਜੇ ਤੁਸੀਂ ਪ੍ਰੋਪਰਟੀ ਜਿਹੜੀ ਆ ਉਹ ਲੇਡੀਜ਼ ਦੇ ਉੱਪਰ ਪਰਚੇਜ ਕੀਤੀ ਹੋਈ ਹੈ, ਤਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਲੇਡੀਜ਼ ਦੀ ਜ਼ਿਆਦਾ ਸੁਣਵਾਈ ਆ ਕੋਰਟ ਦੇ ਵਿੱਚ, ਪੁਲਿਸ ਅਦਾਰਿਆਂ ਦੇ ਵਿੱਚ। ਮੰਨ ਲਓ ਤੁਹਾਡੀ ਪ੍ਰੋਪਰਟੀ ਦੇ ਉੱਪਰ ਕੋਈ ਕਬਜ਼ਾ ਹੋ ਜਾਂਦਾ ਹੈ, ਤਾਂ ਜੇ ਪ੍ਰੋਪਰਟੀ ਲੇਡੀਜ਼ ਦੇ ਉੱਪਰ ਆ ਤਾਂ ਉਸਦੀ ਤੁਹਾਡੀ ਬਹੁਤ ਜ਼ਿਆਦਾ ਸੁਣਵਾਈ ਹੋਵੇਗੀ ਪੁਲਿਸ ਥਾਣਿਆਂ ਦੇ ਵਿੱਚ, ਜਾਂ ਤੁਸੀਂ ਕੋਰਟ ਕਚਹਿਰੀ ਦੇ ਵਿੱਚ ਵੀ ਜਾਂਦੇ ਹੋ ਅਤੇ ਪ੍ਰੋਪਰਟੀ ਲੇਡੀ ਦੇ ਉੱਪਰ ਆ ਤਾਂ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਸੇਫਟੀ ਹੋਵੇਗੀ। ਸੋ ਇਸ ਦੇ ਸੇਫਟੀ ਪੁਆਇੰਟ ਹੈ ਜਿਹੜਾ ਬਹੁਤ ਜ਼ਿਆਦਾ ਤੁਹਾਡੀ ਪ੍ਰੋਪਰਟੀ ਦਾ ਵੱਧ ਜਾਂਦਾ ਹੈ। ਨੰਬਰ 3 ਦੇ ਉੱਪਰ ਆ ਜਾਂਦਾ ਹੈ ਜੀ ਲੋਨ ਬੈਨੀਫਿਟ। ਜਿਵੇਂ ਕਿ ਆਪ ਸਭ ਨੂੰ ਪਤਾ ਵੀ ਜਿਹੜੀ ਹੁਣ ਮੌਜੂਦਾ ਸਰਕਾਰਾਂ ਨੇ ਉਹ ਲੋਨ ਦੀ ਬਹੁਤ ਜ਼ਿਆਦਾ ਫੈਸਿਲਿਟੀਜ਼ ਦੇ ਰਹੀਆਂ ਹਨ ਅਤੇ ਲੇਡੀਜ਼ ਦੇ ਉੱਪਰ ਬਹੁਤ ਜ਼ਿਆਦਾ ਜਿਹੜੇ ਬੈਨੀਫਿਟ ਆ ਰਹੇ ਹਨ। ਜੇ ਮੰਨ ਤੁਸੀਂ ਲੇਡੀਜ਼ ਦੇ ਉੱਪਰ ਕੋਈ ਆਪਣੀ ਪ੍ਰੋਪਰਟੀ ਪਰਚੇਜ ਕਰ ਰਹੇ ਹੋ, ਕੋਈ ਪਲੋਟ ਜਾਂ ਘਰ, ਤਾਂ ਜਿਹੜੇ ਬੈਂਕ ਨੇ ਉਹ ਕਾਫੀ ਜ਼ਿਆਦਾ ਲੋਨ ਦਿੰਦੇ ਆ। ਜੇਕਰ ਤੁਹਾਡੀ ਵਾਈਫ ਵਰਕਿੰਗ 'ਚ, ਤੁਸੀਂ ਵੀ ਵਰਕਿੰਗ 'ਚ ਹੋ, ਤਾਂ ਤੁਹਾਨੂੰ ਲੋਨ ਜਿਹੜਾ ਬਹੁਤ ਈਜ਼ੀਲੀ ਮਿਲ ਜਾਂਦਾ ਹੈ। ਇਸ ਦੇ ਵਿੱਚ ਜਿਹੜਾ ਤੁਹਾਨੂੰ ਰੇਟ ਆਫ ਇੰਟਰਸਟ ਆ ਉਹ ਬਹੁਤ ਵੱਡਾ ਮੈਟਰ ਕਰਦਾ ਹੈ। ਤਾਂ ਜੇ ਤੁਸੀਂ ਲੇਡੀਜ਼ ਦੇ ਉੱਪਰ ਲੈ ਰਹੇ ਹੋ ਪ੍ਰੋਪਰਟੀ, ਤਾਂ ਜਿਹੜਾ ਰੇਟ ਆਫ ਇੰਟਰਸਟ ਆ
ਉਹ ਵੀ ਘੱਟ ਜਾਂਦਾ ਹੈ। ਜੇਕਰ ਜੈਂਟਸ ਦੇ ਅਤੇ ਜੇ ਲੇਡੀਜ਼ ਦੇ ਉੱਪਰ ਲੈ ਰਹੇ ਹੋ ਤਾਂ ਰੇਟ ਆਫ ਇੰਟਰਸਟ ਵੀ ਕਾਫੀ ਘੱਟ ਜਾਂਦਾ ਹੈ। ਕਈ ਬੈਂਕ ਇਸ ਦੇ ਉੱਪਰ ਇੰਸਟਾਲਮੈਂਟ ਦੇ ਵਿੱਚ ਵੀ ਫੇਵਰ ਕਰ ਰਹੇ ਹਨ। ਜਿਵੇਂ ਕਿ ਮੰਨ ਲਓ ਜੈਂਟਸ ਦੇ ਉੱਪਰ ਜੇ 25 ਇੰਸਟਾਲਮੈਂਟ ਬਣਦੀਆਂ ਕਿਸੇ ਵੀ ਪ੍ਰੋਪਰਟੀਜ਼ ਦੀਆਂ, ਕੋਈ ਮੰਨ ਲਓ ਪਲਾਟ 25 ਲੱਖ ਦਾ ਲੋਨ ਲਿਆ ਤੁਸੀਂ ਜਾਂ 50 ਲੱਖ ਦਾ ਲਿਆ, ਤੁਹਾਡੀ 25 ਕਿਸ਼ਤਾਂ ਬਣੀਆਂ ਹਨ ਜਾਂ 30 ਕਿਸ਼ਤਾਂ ਬਣਦੀਆਂ ਇੰਸਟਾਲਮੈਂਟ, ਅਤੇ ਜੇ ਲੇਡੀਜ਼ ਦੇ ਉੱਪਰ ਲੈਂਦੇ ਹੋ ਤਾਂ ਉਹੀ ਇੰਸਟਾਲਮੈਂਟ ਜਿਹੜੀਆਂ ਨੇ ਉਹ 35-40 ਇੰਸਟਾਲਮੈਂਟ ਵੀ ਬਣ ਸਕਦੀਆਂ ਹਨ। ਅਤੇ ਰੇਟ ਆਫ ਇੰਟਰਸਟ ਵੀ ਘੱਟ ਜਾਵੇਗਾ ਅਤੇ ਜਿਹੜੀਆਂ ਇੰਸਟਾਲਮੈਂਟ ਵੀ ਵੱਧ ਜਾਣਗੀਆਂ। ਇਸ ਦੇ ਨਾਲ ਤੁਹਾਨੂੰ ਜਿਹੜੀ ਆਪਦੀ ਪ੍ਰੋਪਰਟੀ ਨੂੰ ਪਰਚੇਜ ਕਰਨਾ ਹੁੰਦੀਆਂ ਇੰਸਟਾਲਮੈਂਟ ਭਰਨੀਆਂ ਬਹੁਤ ਸੌਖੀਆਂ ਹੋ ਜਾਣਗੀਆਂ। ਸੋ ਲੋਨ ਸੈਕਸ਼ਨ ਦੇ ਵਿੱਚ ਵੀ ਜੇਕਰ ਤੁਸੀਂ ਲੇਡੀਜ਼ ਦੇ ਉੱਪਰ ਆਪਣੀ ਕੋਈ ਪ੍ਰੋਪਰਟੀ ਪਰਚੇਜ ਕਰ ਰਹੇ ਹੋ ਤਾਂ ਤੁਹਾਨੂੰ ਕਾਫੀ ਜ਼ਿਆਦਾ ਬੈਨੀਫਿਟ ਮਿਲ ਜਾਣ। ਵੱਖ ਵੱਖ ਬੈਂਕ ਵੀ ਹੁਣ ਹੋਰ ਵੀ ਇਸ ਤੋਂ ਇੰਡੀਵਿਜੁਅਲ ਵੀ ਇਲਾਵਾ ਵੀ ਹੁਣ ਕਾਫੀ ਜ਼ਿਆਦਾ ਬੈਨੀਫਿਟ ਦੇ ਰਹੇ ਹਨ। ਜੇ ਨੈਕਸਟ ਪੁਆਇੰਟ ਹੈ, ਨੈਕਸਟ ਪੁਆਇੰਟ ਦੇ ਵਿੱਚ ਆ ਜਾਂਦਾ ਜੀ ਤੁਹਾਡਾ ਏਜ ਜਿਹੜੀ ਆ ਜਿਹਦੀ ਸੇਵ ਏਜ ਸੇਫ ਸੇਵਿੰਗ। ਜਿਵੇਂ ਲੇਡੀਜ਼ ਦੇ ਮੋਸਟਲੀ ਜ਼ਿਆਦਾਤਰ ਨਾਮ ਦੇ ਕੋਈ ਪ੍ਰੋਪਰਟੀਜ ਨਹੀਂ ਹੁੰਦੀਆਂ ਤਾਂ ਜਦੋਂ ਬੁਢਾਪੇ ਦੇ ਵਿੱਚ ਜਾਂਦੀਆਂ ਤਾਂ ਉਹਨਾਂ ਦਾ ਜਿਹੜਾ ਇਨਕਮ ਸੋਰਸ ਆ ਉਹ ਕੋਈ ਨਹੀਂ ਹੁੰਦਾ ਜ਼ਿਆਦਾਤਰ। ਅਤੇ ਜੇ ਤੁਸੀਂ ਕੋਈ ਵੀ ਮੰਨ ਲਓ ਸ਼ੋਪ ਲਈ ਹੋਈ ਆ ਜਾਂ ਕੋਈ ਘਰ ਲਿਆ ਤਾਂ ਉਸਦਾ ਜੋ ਰੈਂਟ ਇਨਕਮ ਆ ਇਨਕਮ ਹੁੰਦੀ ਹੈ ਤਾਂ ਉਸਦਾ ਉਸਨੂੰ ਬੁਢਾਪੇ ਦੇ ਵਿੱਚ ਬਹੁਤ ਜ਼ਿਆਦਾ ਬੈਨੀਫਿਟ ਮਿਲਦੇ ਹਨ। ਇਸ ਦੇ ਨਾਲ ਜੇ ਇਨ ਫਿਊਚਰ ਕੇਸ ਉਸ ਪ੍ਰੋਪਰਟੀ ਨੂੰ ਸਰਕਾਰ ਐਕੁਆਇਰ ਵੀ ਕਰਦੀ ਆ ਤਾਂ ਉਸਦੇ ਵਿੱਚ ਵੀ ਲੇਡੀਜ਼ ਨੂੰ ਜ਼ਿਆਦਾ ਬੈਨੀਫਿਟ ਮਿਲਦੇ ਹਨ ਐਜ਼ ਕੰਪੇਅਰ ਟੂ ਮਤਲਬ ਬੰਦਿਆਂ ਦੇ ਨਾਮ 'ਤੇ। ਸੋ ਲੇਡੀਜ਼ ਦੇ ਉੱਪਰ ਜੇ ਪ੍ਰੋਪਰਟੀ ਆਪਾਂ ਪਰਚੇਜ ਕਰਦੇ ਹਾਂ ਤਾਂ ਉਸਨੂੰ ਜਿਹੜੇ ਬੁਢਾਪੇ ਦੇ ਵਿੱਚ ਵੀ ਜਾ ਕੇ ਇਸਦਾ ਬਹੁਤ ਜ਼ਿਆਦਾ ਬੈਨੀਫਿਟ ਹੁੰਦੇ ਹਨ। ਨੈਕਸਟ ਪੁਆਇੰਟ ਦੇ ਵਿੱਚ ਹੈ ਜੀ ਟੈਕਸ ਰਿਟਰਨ। ਜਿਹੜਾ ਟੈਕਸ ਰਿਟਰਨ ਆ ਇਸ ਦੇ ਵਿੱਚ ਵੀ ਕਾਫੀ ਜ਼ਿਆਦਾ ਬੈਨੀਫਿਟ ਆ ਜਾਂਦੇ ਹਨ। ਜਿਵੇਂ ਕਿ ਆਪਾਂ ਮੰਨ ਲਓ ਕੋਈ ਪਲੋਟ ਲਿਆ ਹੈ, ਕੋਈ ਘਰ ਲਿਆ ਹੈ ਤਾਂ ਉਸਦਾ ਜਦੋਂ ਆਪਾਂ ਟੈਕਸ ਰਿਟਰਨ ਕਰਾਂਗੇ ਤਾਂ ਉਸਦੇ ਵਿੱਚ ਵੀ ਕਾਫੀ ਜ਼ਿਆਦਾ ਆਪਾਂ ਨੂੰ ਬੈਨੀਫਿਟ ਮਿਲਦੇ ਹਨ। ਜਿਵੇਂ ਕਿ ਸੈਕਸ਼ਨ 80C 24B ਦੇ ਅਨੁਸਾਰ ਜਿਹੜਾ ਹੁੰਦਾ ਹੈ, ਜੇ ਮੰਨ ਲਓ ਤੁਸੀਂ ਕੋਈ 4 ਲੱਖ ਦਾ ਤੁਹਾਡਾ ਕੋਈ ਟੈਕਸ ਭਰ ਰਹੇ ਹੋ, ਤੁਸੀਂ ਰਿਟਰਨ ਭਰ ਰਹੇ ਹੋ 4 ਲੱਖ ਦੀ, ਤਾਂ 2-2 ਲੱਖ ਦਾ ਤੁਹਾਡਾ ਹੋ ਜਾਵੇਗਾ ਤਾਂ ਤੁਹਾਡੀ ਜਿਹੜੀ ਉਹ ਫੇਵਰ ਹੋ ਜਾਵੇਗੀ, ਤੁਹਾਨੂੰ ਉਹਦੇ ਉੱਪਰ ਕੋਈ ਟੈਕਸ ਨਹੀਂ ਦੇਣਾ ਪਏਗਾ। ਨੈਕਸਟ ਪੁਆਇੰਟ ਦੇ ਵਿੱਚ ਆ ਜਾਂਦਾ ਜੀ ਜੁਆਇੰਟ ਰਜਿਸਟਰੀ। ਮੰਨ ਲਓ ਜੇ ਤੁਸੀਂ ਜੁਆਇੰਟ ਵੀ ਰਜਿਸਟਰੀ ਕਰਾ ਰਹੇ ਹੋ ਆਪਣੀ ਮਦਰ ਦੇ ਨਾਲ ਜਾਂ ਆਪਣੀ ਵਾਈਫ ਦੇ ਨਾਲ ਜਾਂ ਬੇਟੀ ਦੇ ਨਾਲ ਜਾਂ ਸਿਸਟਰ ਦੇ ਨਾਲ ਜੁਆਇੰਟ ਰਜਿਸਟਰੀ ਵੀ ਕਰਵਾ ਰਹੇ ਹੋ ਤਾਂ ਵੀ ਤੁਹਾਨੂੰ ਜਿਹੜਾ ਹੈਗਾ ਮਿਊਚੁਅਲ ਜਿਹੜਾ 7% ਰਹਿ ਜਾਂਦਾ। ਮੰਨ ਲਓ ਪੰਜਾਬ ਦੀ ਗੱਲ ਕਰੀਏ, ਇਕੱਲੀ ਲੇਡੀਜ਼ ਦੇ ਨਾਮ 'ਤੇ 6% ਆ, ਜੈਂਟਸ 'ਤੇ 8 ਆ, ਜੇ ਮਿਊਚੁਅਲ ਰਜਿਸਟਰੀ ਕਰਵਾ ਰਹੇ ਹੋ ਤਾਂ 7%। ਸੋ ਉਸਦੇ ਵਿੱਚ ਵੀ ਤੁਹਾਨੂੰ 1% ਦਾ ਜਿਹੜਾ ਬੈਨੀਫਿਟ ਮਿਲਦਾ ਹੈ। ਨੈਕਸਟ ਪੁਆਇੰਟ ਦੇ ਵਿੱਚ ਇਹ ਆ ਕਿ ਤੁਸੀਂ ਜਿਹੜੀ ਆ ਜਾਂਦੀ ਜੀ ਪ੍ਰੋਪਰਟੀ ਦੀ ਇਨਫੋਰਮੇਸ਼ਨ ਜਿਹੜੀ ਅਤੇ ਟੇਕ ਕੇਅਰ। ਸੋ ਇਹ ਜਿਹੜੀ ਟੇਕ ਕੇਅਰ ਹੁੰਦੀ ਆ ਅੱਗੇ ਚੱਲ ਕੇ ਜਿਵੇਂ ਮੰਨ ਲਓ ਫੈਮਿਲੀ ਦੇ ਵਿੱਚ ਕੋਈ ਵੀ ਮਿਸਹੈਪਨਿੰਗ ਹੁੰਦੀ ਆ ਜਾਂ ਵੈਸੇ ਵੀ ਟੇਕ ਕੇਅਰ ਦੇ ਤੌਰ 'ਤੇ, ਅਤੇ ਜੇ ਵਾਈਫ ਨੂੰ ਪਤਾ ਹੈ ਤੁਹਾਡੀਆਂ ਪ੍ਰੋਪਰਟੀਜ਼ ਕਿੱਥੇ ਕਿੱਥੇ ਹਨ, ਪਲੋਟ ਹੈ, ਘਰ ਆ, ਤਾਂ ਉਸਦੀ ਟੇਕ ਕੇਅਰ ਵੀ ਹੋ ਸਕਦੀ, ਜਾਂ ਬਾਅਦ ਦੇ ਵਿੱਚ ਜੇ ਉਸਦੇ ਨਾਮ 'ਤੇ ਨਹੀਂ ਹੈ ਤਾਂ ਟ੍ਰਾਂਸਫਰ ਕਰਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀਆਂ ਹੁੰਦੀਆਂ ਆਪਾਂ ਦੇਖਦੇ ਹਾਂ। ਅਤੇ ਜੇ ਆਲਰੇਡੀ ਵਾਈਫ ਦੇ ਨਾਮ ਦੇ ਉੱਪਰ ਰਜਿਸਟਰੀ ਹੋਈ ਹੈ ਜਾਂ ਜੁਆਇੰਟ ਦੇ ਵਿੱਚ ਵੀ ਰਜਿਸਟਰੀ ਹੋਈ ਆ ਤਾਂ ਜਿਹੜੀ ਟ੍ਰਾਂਸਫਰ ਕਰਾਉਣ ਦੇ ਵਿੱਚ ਕੋਈ ਤੁਹਾਨੂੰ ਖੱਜਲ ਖੁਆਰੀ ਨਹੀਂ ਹੋਵੇਗੀ। ਸੋ ਇਹ ਜਿਹੜੇ ਬੈਨੀਫਿਟਸ ਹਨ ਜੇ ਤੁਸੀਂ ਲੇਡੀਜ਼ ਦੇ ਉੱਪਰ ਵੀ ਪ੍ਰੋਪਰਟੀਜ਼ ਆਪਣੀ ਸੇਲ ਜਾਂ ਪਰਚੇਜ ਕਰਵਾ ਰਹੇ ਹੋ। ਜੇ ਵੀਡੀਓ ਵਧੀਆ ਲੱਗੀ ਹੈ ਤਾਂ ਜ਼ਰੂਰ ਸਭ ਨੂੰ ਰਿਕੁਐਸਟ ਹੈ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਜੁਆਇੰਟ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ। ਸੋ ਇਸੇ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਲੈ ਕੇ ਆਪਾਂ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਜਦ ਤੱਕ ਲਈ ਆਪਾਂ ਨੂੰ ਆਗਿਆ ਦਿਓ, ਸਭ ਦਾ ਧੰਨਵਾਦ।